ਸੌਖਾ ਨਹੀਂ ਹੁੰਦਾ ਦੋਸਤੋ ਵਿਦੇਸ਼ਾਂ ਦੇ ਵਿੱਚ ਜਾਣਾ, ਜਦੋਂ ਦੋ ਰੂਹਾਂ ਏਅਰਪੋਰਟ ਉੱਤੇ ਵਿਛੜਦੀਆਂ ਹਨ ਤਾਂ ਫਿਰ ਅੱਖਾਂ ਦੇ ਵਿੱਚੋਂ ਤਾਂ ਆ ਜਾਂਦੇ ਹਨ ਹੰਝੂ। ਜਿਵੇਂ ਕਿ ਦੋਸਤੋ ਦੇਖਿਆ ਜਾਵੇ ਕਿ ਅੱਜ ਦੇ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਲੋਕਾਂ ਵੱਲੋਂ ਬੇਹੱਦ ਪੈਸਾ ਲਗਾਇਆ ਜਾਂਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਚੰਗੇ ਡਾਲਰ ਕਮਾਏ ਜਾਣਗੇ। ਪਰ ਦੋਸਤੋ ਜਦੋਂ ਦੋ ਰੂਹਾਂ ਆਪਸ ਵਿੱਚ ਵਿਛੜਦੀਆਂ ਹਨ ਤਾਂ ਫਿਰ ਪਰਿਵਾਰ ਦੇ ਲਈ ਉੱਥੇ ਪੈਸਾ ਮੈਟਰ ਨਹੀਂ ਕਰਦਾ। ਉੱਥੇ ਦੋਸਤੋ ਸੱਜ ਵਿਆਹੀ ਮੁੰਡੇ ਦਾ ਜਦੋਂ ਆਇਆ ਵੀਜ਼ਾ ਅਤੇ ਸੱਜ ਵਿਆਹੀ ਏਅਰਪੋਰਟ ਉੱਤੇ ਰਹੇਗੀ ਬਿਲਕਦੀ, ਅਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ ਸਾਫ ਦੇਖ ਸਕਦੇ ਹੋ। ਬੇਸ਼ੱਕ ਦੋਸਤੋ ਚੰਗੇ ਭਵਿੱਖ ਦੇ ਲਈ ਪੰਜਾਬ ਦੀ ਜਵਾਨੀ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ, ਪਰ ਵਿਦੇਸ਼ਾਂ ਦੇ ਵਿੱਚ ਜਾ ਕੇ ਜਦੋਂ ਮੁਸ਼ਕਲਾਂ ਦਾ ਸਾਹਮਣਾ ਕਰਦੀ ਹੈ ਤਾਂ ਫਿਰ ਯਾਦ ਪੰਜਾਬ ਦੀ ਆਉਂਦੀ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਆਂ ਨੇ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਬੇਹੱਦ ਵੱਡੀ ਤਿਆਰੀ ਦੇ ਵਿੱਚ ਇੱਕ ਜੰਗ ਲੜ ਚੁੱਕੇ ਹਨ। ਜਿੱਥੇ ਕਿ ਦੋਸਤੋ ਦੇਖਿਆ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਿਰਫ ਬਜ਼ੁਰਗ ਅਤੇ ਬੁਢਾਪਾ ਰਹਿ ਜਾਵੇਗਾ। ਕਿ ਦੋਸਤੋ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ, ਆਪਣੀ ਰਾਏ ਜ਼ਰੂਰ ਦਿਓ। ਸਾਡੇ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ।